12:34 ਤੇ ਆਪਾਂ ਹੁਣ ਨਿਕਲਣ ਲੱਗੇ ਦੋਸਤੋ ਕਾਜ਼ਾ ਵੱਲ। ਇੱਥੋਂ ਤਕਰੀਬਨ 48 ਕਿਲੋਮੀਟਰ ਦੂਰ ਆ ਕਾਜ਼ਾ। ਲਓ ਜੀ ਚੜ ਗਏ ਆਪਾਂ ਕਾਜ਼ਾ ਰੋਡ ਤੇ। ਮੀਂਹ ਕਣੀ ਆਉਂਦਾ ਪਾਣੀ ਇੱਧਰ ਦੀ ਸਾਰਾ ਆਉਂਦਾ ਹੋਣਾ ਤੇ ਇੱਧਰ ਨੂੰ ਚੱਲ ਜਾਂਦਾ ਆ। ਸਾਹਮਣੇ ਪਹਾੜ ਇੰਨਾ ਵੱਡਾ ਕਿ ਰਸਤਾ ਸਾਈਡ ਦੀ ਕੱਢਣਾ ਪਿਆ। ਬਹੁਤ ਜ਼ਿਆਦਾ ਖਤਰਨਾਕ ਆ, ਬੰਦਾ ਇੱਧਰ ਤੋਂ ਜਿਹੜਾ ਆ ਜੋ ਡਰ ਜਾਊਗਾ। ਦੇਖੋ ਉੱਪਰ ਪਹਾੜੀਆਂ, ਇੱਦਾਂ ਲੱਗਦਾ ਵੀ ਹੁਣੀ ਇੱਧਰ ਡਿੱਗਣੀ ਲੱਗੀ ਆ। ਕਾਫੀ ਟਾਈਮ ਤੋਂ ਹੀ ਜਾ ਰਹੇ ਹਾਂ, ਸਾਨੂੰ ਕੋਈ ਨਹੀਂ ਮਿਲਿਆ। ਪਿੱਛੇ ਇੱਕ ਟਰੱਕ ਵਾਲਾ ਮਿਲਿਆ ਸੀ, ਹੁਣ ਕਾਫੀ ਟਾਈਮ ਹੋ ਗਿਆ ਲੰਘੇ ਨੂੰ। ਉਸ ਤੋਂ ਬਾਅਦ ਸਾਰਾ ਹੀ ਵੀਰਾਨ ਪਿਆ ਹੈ, ਰੋਡ ਖਾਲੀ ਆ। ਦੇਖੋ ਸਾਰਾ ਖਾਲੀ ਪਿਆ, ਕੋਈ ਨਹੀਂ ਆਉਂਦਾ ਜਾਂਦਾ ਹੈਗਾ। ਇੱਧਰ ਨੂੰ ਖੁੰਗੇ ਖੁੰਗੇ ਆ, ਪਹਾੜੀਆਂ ਆ ਜਾਂ ਪਤਾ ਨਹੀਂ ਕੀ ਬਣਿਆ ਆ। ਐਂ ਤਿੱਖੇ ਤਿੱਖੇ ਜਿਹਾ ਦੇਖੋ, ਅਲੱਗ ਜਿਹਾ ਸੀਨ ਜਿਹਾ ਇਹਦਾ ਦੇਖੋ ਧਿਆਨ ਨਾਲ। ਆਪਾਂ ਨੂੰ ਰੁਕਣਾ ਪੈਣਾ ਕਿਉਂਕਿ ਗੱਡੀਆਂ ਨੇ ਉੱਪਰ ਆਉਣਾ। ਇੱਧਰੋਂ ਥੱਲੇ ਲੈਂਡ ਸਲਾਈਡ ਆ। ਪੁਲ ਦੇ ਉੱਤੇ ਦੋ ਤਿੰਨ ਫੋਟੋਆਂ ਖਿੱਚ ਲਈਏ, ਸ਼ੋਟ ਲੈ ਲਈਏ, ਫਿਰ ਅੱਗੇ ਜਾਂਦੇ ਹਾਂ। ਸਾਹਮਣੇ ਪੁਲ ਦੀ ਦੇਖਣਾ ਤੁਹਾਨੂੰ, ਪਹਿਲਾਂ ਵੀ ਇੱਦਾਂ ਦਾ ਪਿੱਛੇ ਦੇਖਿਆ ਸੀ ਆਪਾਂ। ਬਜਰੀ ਜੀ ਬਹੁਤ ਸਲਿੱਪ ਕਰਦੀ ਹੈ ਇਹ। ਛੋਟਾ ਜਿਹਾ ਪੌੜਾ ਬੰਨੇ ਆ ਬੜੀ ਮਜ਼ਬੂਤੀ ਨਾਲ, ਲੋਹੇ ਦੀਆਂ ਤਾਰਾਂ ਆ ਇਹ, ਲੱਕੜ ਦਾ ਹੀ ਆ ਪੂਰਾ ਬਣਿਆ। ਲੈਪੜਾ ਜਿਹਾ ਆਪਦਾ, ਜ਼ਿਆਦਾ ਜਾਣਾ ਨਹੀਂ ਆਪਾਂ ਸਾਈਡ 'ਤੇ, ਇੱਥੇ ਕੀ ਠੀਕ ਆ। ਉੱਧਰ ਤਾਂ ਮਜ਼ਬੂਤ ਆ, ਇੱਧਰ ਪੌੜਾ, ਇੱਧਰ ਦੇ ਨਜ਼ਾਰੇ ਆ। ਸੜਕ ਉੱਤੇ ਆਪਣੀ ਬਾਈਕ ਖੜੀ ਆ। ਚਲੋ ਜੀ ਚਲੀਏ ਹੁਣ ਇਸ ਪੁਲ ਨੂੰ ਵੀ ਆਪਾਂ ਲਿਖਦਾ ਕਹੀਏ। ਮੰਨੇ 6 ਕਿਲੋਮੀਟਰ ਅਤੇ ਕਾਜ਼ਾ ਇੱਥੋਂ ਹੈਗਾ 28 ਕਿਲੋਮੀਟਰ। ਅੱਗੇ ਜਾ ਕੇ ਥੋੜ੍ਹਾ ਜਿਹਾ ਪਾਣੀ ਮਿਲਿਆ ਸਪਿਤੀ ਲੇਕ 'ਚ, ਦੇਖੋ ਬਾਕੀ ਤਾਂ ਸਾਰਾ ਹੀ ਸੁੱਕਾ ਪਿਆ ਆ। ਆ ਦੇਖੋ ਸਪਿਤੀ ਲੇਕ ਦੇ ਥੱਲਿਓਂ ਦੀ ਰਸਤਾ ਮਿਲ ਗਿਆ, ਆਪਾਂ ਥੱਲੇ ਜਾਵਾਂਗੇ ਲਿੰਕ 'ਤੇ। ਕਾਜ਼ਾ ਰਹਿ ਗਿਆ ਇੱਥੋਂ 18 ਕਿਲੋਮੀਟਰ, ਆਪਾਂ ਇੱਥੋਂ ਟਰਨ ਕਰਾਂਗੇ ਖੱਬੇ ਪਾਸੇ ਇੱਦਾਂ, ਕਿਉਂਕਿ ਪੱਥਰ ਆ ਨਾ ਪੂਰੇ। ਆ ਲਓ ਜੀ ਦੇਖੋ ਕ੍ਰਿਸਟਲ ਵਾਟਰ ਆਫ ਰੋਡਾਂ ਟੋਟਲ, ਦੋ ਟਰੈਵਲਾਂ ਇੱਕ ਗੱਡੀ ਆ। ਬਸ ਆਪਾਂ ਸਾਈਡ 'ਤੇ ਰੋਕਦੇ ਇੱਧਰ ਨੂੰ। ਪੱਚੀ ਮਿੰਟ ਆਪਾਂ ਇੱਥੇ ਪੂਰਾ ਇੰਜੋਏ ਕੀਤਾ ਅਤੇ ਪਿੱਛੇ ਸਪਿਤੀ ਰਿਵਰ ਦੇਖੀ ਆ, ਬਹੁਤ ਸੋਹਣਾ, ਹਵਾ ਬਹੁਤ ਤੇਜ਼ ਚੱਲਦੀ ਹੈ ਇੱਥੇ। ਹੁਣ ਆਪਾਂ ਸਿੱਧੇ ਬਾਈਕ 'ਤੇ ਮਿਲਦੇ ਹਾਂ, ਸਪਿਤੀ ਰਿਵਰ ਨੂੰ ਵੀ ਆਪਾਂ ਅਲਵਿਦਾ ਕਹੀਏ ਅਤੇ ਚਲੀਏ ਕਾਜ਼ਾ ਵੱਲ ਨੂੰ। ਕਾਜ਼ਾ ਜਿਹੜਾ ਹੈਗਾ ਇੱਥੋਂ 18 ਕਿਲੋਮੀਟਰ। ਝਰਨੇ ਦੇਖੋ ਕਿੰਨੇ ਆ, 1, 2, 3, 4, ਦੋ ਵੱਡੇ ਦੋ ਛੋਟੇ। ਨਾਲ ਆਪਾਂ ਪੁਲ ਕ੍ਰੋਸ ਕਰਦੇ ਹੀ ਪਏ ਹਾਂ, ਸਪਿਤੀ ਰਿਵਰ ਜਾਂਦੀ ਉਹ ਸੇਮ ਸਪਿਤੀ ਰਿਵਰ। ਇੱਧਰ ਦੇਖੋ ਜਿੱਦਾਂ ਬਣਾਏ ਹੁੰਦੇ ਨਾ, ਜਿੱਦਾਂ ਲੈਂਡ ਸਲਾਈਡ ਹੋ ਕੇ ਵਿੱਚੋਂ ਨਾ ਰੇਤਾ ਜਿਹੀ ਨਿਕਲ ਗਈ ਆ ਬਜਰੀ ਜੀ, ਅਤੇ ਇਕੱਲੀ ਉੱਪਰ ਮਿੱਟੀ ਮਿੱਟੀ ਪਹਾੜ ਪਹਾੜ ਜਿਹਾ ਰਹਿ ਗਿਆ। ਹਾਂ ਲਾਸਟ 'ਤੇ ਇੱਕ ਪਹਾੜ ਉੱਪਰ ਇਕੱਲਾ ਪੱਥਰ ਡਿੱਗਿਆ ਪਿਆ ਮਿੱਟੀ ਜੀ 'ਤੇ। ਕਾਜ਼ਾ ਪਹੁੰਚ ਗਏ ਹਾਂ, 3:18 ਹੋਏ ਆ। ਇਹ ਹੈਗਾ ਕਾਜ਼ਾ ਦਾ ਗੇਟ,
ਸਾਹਮਣੇ ਇੱਕ ਆ ਜਾਇਆ ਤੇ ਹੁਣ ਆਪਾਂ ਥੋਕੇ ਕੋਈ ਨਾ ਕੋਈ ਢਾਬਾ ਜਾਂ ਹੋਟਲ ਲੱਭ ਕੇ ਕੁਛ ਖਾਈਏ। ਭੁੱਖ ਬਹੁਤ ਜ਼ਿਆਦਾ ਲੱਗੀ ਆ, ਸਵੇਰੇ ਇੱਕ ਪਰਾਂਠਾ ਹੀ ਖਾਧਾ ਸੀ ਤੇ ਹੁਣ ਕੁਛ ਖਾ ਲਈਏ। ਭੁੱਖ ਨਾਲ ਬੁਰੀ ਹਾਲਤ ਆ। ਮਨਾਲੀ ਤੋਂ ਹੈਗਾ 200 ਕਿਲੋਮੀਟਰ, ਲੋਸਰ 57 ਕਿਲੋਮੀਟਰ। ਆਹ ਥੱਲੇ ਜਾਂਦਾ ਕਾਗਾ ਨੂੰ ਰੋਡ। अभी तो बंद है ना आगे, सभी मनाली तरफ नहीं जा सकते। मनाली तक नहीं जा सकते, आपको जाना है तो लोसर जो 58 किलोमीटर पर है वहीं स्टे करना। उसके बाद कुंजम जा सकते हैं। हां कुंजम जा सकते हैं, वो वहां पक्का है, पक्का श्योर है, मतलब श्योर है। ਕਾਦਾ ਦਾ ਜਿੱਦਾਂ ਬਾਜ਼ਾਰ ਦੇਖ ਲਿਆ ਸੀ, ਇਹ ਉਹਨਾਂ ਦਾ ਪਿੰਡਾਂ ਦਾ ਪਿੰਡ ਦਾ ਏਰੀਆ ਹੈ ਸਾਰਾ, ਜਿੰਨਾ ਆਹ ਪਿੰਡ ਆ ਕਾਦਾ ਦਾ। ਮੈਂ ਸੋਚਿਆ ਸੀ ਕਾਦਾ 'ਚ ਕੁਛ ਵਧੀਆ ਦੇਖਣ ਨੂੰ ਹੋਊਗਾ, ਪਰ ਹਜੇ ਤੱਕ ਨਹੀਂ ਕੁਛ ਮਿਲਿਆ ਸਾਨੂੰ। ਕਹਿੰਦੇ ਬਸ ਇੱਥੇ ਮੋਨੇਸਟਰੀ ਆ, ਆਪਾਂ ਮੋਨੇਸਟਰੀ ਦੇਖਾਂਗੇ। ਆ ਪਿੱਛੇ ਵਾਈਟ ਵਾਈਟ ਪਹਾੜ ਆ ਅਤੇ ਬਰਫ਼ ਬੁਰਫ਼ ਪੈਂਦੀ ਹੈ, ਧੁੱਪ ਬਹੁਤ ਤਿੱਖੀ ਪੈਂਦੀ ਆ। ਵਧੀਆ ਦੇਖੋ ਸਾਹਮਣੇ ਮੋਨੇਸਟਰੀ ਆ, ਉਹ ਦੇਖੋ ਬਹੁਤ ਸੋਹਣੀ ਲੱਗਦੀ। ਇੱਥੋਂ ਗੁੰਪੇ ਬਣੇ ਹੋਏ ਆ ਸਾਰੇ। ਆਈ ਲਵ ਸਪਿਤੀ। ਲਓ ਜੀ ਆਪਾਂ ਸਪਿਤੀ ਆ ਗਏ ਹਾਂ। 3:48 ਹੋ ਗਏ ਅਤੇ ਸਾਹਮਣੇ ਉਹ ਮੇਨ ਬਾਜ਼ਾਰ ਆ, ਚੌਂਕ ਆਉਂਦਾ। ਚੌਂਕ ਤੋਂ ਆਪਾਂ ਜਦੋਂ ਸੈਂਟਰ 'ਚ ਖੜ੍ਹੇ ਹੁੰਦੇ ਹਾਂ, ਇੱਧਰੋਂ ਸੱਜੇ ਹੱਥ ਅਤੇ ਇੱਧਰੋਂ ਖੱਬੇ ਹੱਥ ਆ ਕੇ ਸਾਹਮਣੇ ਢਾਬਾ ਆ, ਪ੍ਰੇਮ ਢਾਬਾ। ਇੱਥੇ ਆਪਾਂ ਰੁਕੇ ਹਾਂ ਰੋਟੀ ਖਾਣ ਨੂੰ। 130 ਵਿੱਚ ਗੋਭੀ ਦੀ ਸਬਜ਼ੀ, ਬੈਂਗਣ ਸਬਜ਼ੀ, ਕੁਛ ਵੀ ਲੈ ਸਕਦੇ, ਦਾਲ ਚੌਲ ਅਤੇ ਪੇਟ ਭਰ ਕੇ 130 'ਚ। ਅਤੇ ਅਗਲਾ ਪ੍ਰੋਗਰਾਮ ਅਸੀਂ ਸੋਚ ਰਹੇ ਸੀ ਵੀ ਕਾਜਾ 'ਚ ਰੁਕਾਂਗੇ। ਹੁਣ ਆਪਾਂ ਪਹਿਲਾਂ ਰੋਟੀ ਖਾਵਾਂਗੇ, ਰੋਟੀ ਖਾ ਕੇ ਆਪਾਂ ਜਾਵਾਂਗੇ ਮੋਨੇਸਟਰੀ ਦੇਖਣ। ਉਸ ਤੋਂ ਬਾਅਦ ਦੇਖਾਂਗੇ ਵੀ ਆਪਾਂ ਇੱਥੇ ਨਾਈਟ ਸਟੇ ਕਰਨੀ ਜਾਂ ਅੱਗੇ ਜਾਣਾ। ਠੀਕ ਹੈ ਜੀ। ਲਓ ਜੀ ਆਪਣੀ ਪਲੇਟ ਸੱਜ ਕੇ ਆ ਗਈ ਆ, ਹੁਣ ਦਿਖਾ ਦੇਈਏ ਕਿਉਂਕਿ ਮੂੰਹ 'ਚ ਪਾਣੀ ਬਹੁਤ ਆਉਂਦਾ। ਤੁਹਾਨੂੰ ਦਿਖਾ ਕੇ ਸ਼ੁਰੂ ਕਰ ਦੇਣਾ, ਰੋਟੀ ਉਹ ਬਾਅਦ ਵਿੱਚ ਦੇਣਗੇ। ਪਹਿਲਾਂ ਦੇਖੋ ਤੁਸੀਂ ਕੀ ਆ, ਰੋਟੀ ਵੀ ਆ ਗਈ। ਆਹ ਦੇਖੋ ਰਾਜਮਾਂਹ, ਬੈਂਗਣ ਸਬਜ਼ੀ, ਚੌਲਾਂ ਉੱਤੇ ਰਾਜਮਾਂਹ, ਗਲਾਸ ਰੋਟੀ। ਅਤੇ ਆਪਾਂ ਹੁਣ ਖਾ ਕੇ ਫਿਰ ਮਿਲਦੇ ਹਾਂ। ਇੱਕ ਚੀਜ਼ ਅਸੀਂ ਭੁੱਲ ਗਏ ਜੀ, ਇੱਥੇ ਚਟਣੀ ਸਪੈਸ਼ਲ ਚੱਲ ਆਹ ਲੈ ਫਿਰ ਆਹ ਚੱਕ ਫਿਰ ਆਪਾਂ ਹੀ ਪਾ ਲਈ ਆ ਕਰੀਏ। ਲਓ ਜੀ ਨਾਲ ਅਦਰਕ ਵਾਲੀ ਚਾਹ ਵਾਲੀ। ਆਪਾਂ ਹੁਣ ਨਿਕਲੀਏ ਮੋਨੇਸਟਰੀ ਵੱਲ। ਹੋਰ ਇਹ ਕਾਜ਼ਾ ਦਾ ਬਾਜ਼ਾਰ ਆ। ਹੁਣ ਇੱਥੋਂ ਆਪਾਂ ਆਏ ਸੀ ਅਤੇ ਇੱਧਰ ਹੀ ਚੱਲੇ ਹਾਂ ਮੋਨੇਸਟਰੀ ਵੱਲ। ਹਾਂ ਇਹ ਬਾਜ਼ਾਰ ਆ, ਜਿੰਨੇ ਵੀ ਨੇੜੇ ਤੇੜੇ ਪਿੰਡ ਆ ਉਹਨਾਂ ਦਾ ਮੇਨ ਬਾਜ਼ਾਰ ਇਹ ਆ ਕਾਜ਼ਾ। ਕਾਜ਼ਾ 'ਤੇ ਸਭ ਕੁਛ ਮਿਲਦਾ ਆ, ਇੱਥੇ ਹੀ ਕਹਿੰਦੇ ਜ਼ਿਆਦਾ ਕੰਮਕਾਰ ਹੁੰਦਾ ਆ। ਗਲੀਆਂ ਭੀੜੀਆਂ ਬਹੁਤ ਆ, ਇੱਕ ਟਾਈਮ ਬਾਅਦ ਇੱਕ ਚੀਜ਼ ਲੰਘ ਸਕਦੀ ਆ। ਮੋਨੇਸਟਰੀ ਉੱਧਰ ਆ ਅਤੇ ਆਈ ਲਵ ਸਪਿਤੀ। ਆਹ ਦੇਖੋ ਮੋਨੇਸਟਰੀ, ਮੈਨੂੰ ਨਹੀਂ ਪਤਾ ਸੀ ਵੀ ਅੰਦਰ ਵੀ ਜਾਂਦੀ ਬਾਈਕ। ਲਓ ਜੀ
काजा मिनिस्ट्री ये घट तो घट 200 साल पुरानी सी कहिंदे पहला ये इधरली साइड सीगी तो फिर उन्होंने स्थान बदल के उन्होंने इत्थे रख दिता इन हले कहिंदे थोड़ा ही टाइम होया बनी नूं ते पहला उदा ये हैगी 200 साल पुरानी काफ़ी पुरानी आ बस स्थान चेंज हुआ इत्थे है बहुत सोहनी देखो तुसी। हाँ जी दोस्तों शाम के 8:01 हो गया तो असी रूम ले लिया सी ते खा तो आप शामी लिया सी इस करके भुख है नहीं गई रूम असी लिया सी 800 रुपए च किदा सही लगा ओके आ बस बाथरूम बाहर आ कॉमन बाथरूम है बाकी सब कुछ ओके आ क्योंकि इतने रूम सारे बुकिंग से कैंपिंग इधर साइड कित जगह नहीं मिलती सी सानू तो फिर असी सोचा चलो कोई गल नहीं फिर रूम लेंदे रूम जो इधरों घूमते रहे कभी उधर तीन गेड़े ला ले सी आपां ना रोड ते कभी थले चल गए गैसट हाउस होम स्टे ये वो ये भी हुण होम स्टे ही मिली है सानू बहुत मुश्किल नाल बोका सारे तो अगे मनाली वाल जाने सोच रहे से भी उधर ही वापस जावे उधर इस टाइम ब्लॉक आ बाकी देखते हैं कि बनता आ चलो हुण अज दा आपां ब्लॉक इत्थे ही एंड करते हैं तो मिलते हैं आपां मॉर्निंग चलो रब राखा बाय बाय।